ਬਿਟੂਨੀ ਕੈਨੇਡਾ ਪੁਲਿਸ ਨੇ ਨਸ਼ੀਆ ਦੀ ਵੱਡੀ ਖੇਪ ਬਰਾਮਦ ਕੀਤੀ ਹੈ ਕੈਨੇਡਾ ਦੇ ਸੂਬੇ অন্ਟਾਰੀਓ ਦੀ ਹਾਲਟਨ ਰੀਜਨਲ ਪੁਲਿਸ ਵੱਲੋਂ ਨਸ਼ਿਆਂ ਦੀ ਇੱਕ ਵੱਡੀ ਖੇਪ ਵਿੱਚ ਜਿਸ ਵਿੱਚ ਨਕਲੀ ਕਰੰਸੀ ਹਥਿਆਰ ਅਤੇ ਹੋਰ ਸਮਾਨ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ 11 ਲੱਖ 39423 ਦੇ ਕਰੀਬ ਡਾਲਰ ਕਰੰਸੀ ਨਕਦ 17 किलोग्राम कोकीन 3 किलोग्राम फैंटनेल 1 किलोग्राम एमडीएमए यानी एक्सटीसी एक लोडिंग 357 मैग्नम हेडगन ਅਤੇ ਇੱਕ 2021 ਮਰਸੀਡਿਸ ਬੈਂਜ਼ ਐਮਜੀ ਇੱਕ 2016 Honda Odyssey ਅਤੇ ਤਿੰਨ Rolex ਕੜੀਆਂ ਜੱਬ ਕੀਤੀਆਂ ਨੇ ਬਰਾਮਦ ਕੀਤੇ ਸਮਾਨ ਦੀ ਕੁੱਲ ਕੀਮਤ 2.5 ਮਿਲੀਅਨ ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਕੁੱਲ ਪੰਜ ਪੰਜਾਬੀ ਲੋਕਾਂ ਨੂੰ ਗ੍ਰਿਫਤਾਰ